ਇਸ ਤਰ੍ਹਾਂ ਹੀ ਆਉਣੀ। ਇਹ ਦੇਖ ਲਓ ਜੀ, ਇਹ ਛੋਟਾ ਜਿਹਾ ਕਿਚਨ, ਉਹਨਾਂ ਕਿਚਨ ਰਹੀਮ। ਅਸਲਾਮੁ ਅਲੈਕੁਮ ਪਿਆਰੇ ਭੈਣ ਭਰਾਵੋ, ਕੀ ਹਾਲ ਹੈ ਤੁਹਾਡਾ? ਮੈਂ ਉਮੀਦ ਕਰਦੀ ਹਾਂ ਕਿ ਸਭ ਅੱਲਾਹ ਦੇ ਫਜ਼ਲ ਕਰਮ ਨਾਲ ਠੀਕ ਠਾਕ ਹੋਣਗੇ ਅਤੇ ਅੱਲਾਹ ਪਾਕ ਦੀ ਦਾਤ ਜਿਹੜੇ ਮੇਰੇ ਭੈਣ ਭਰਾ ਬਿਮਾਰ ਨੇ, ਅੱਲਾਹ ਪਾਕ ਉਹਨਾਂ ਨੂੰ ਸਿਹਤ ਅਤੇ ਤੰਦਰੁਸਤੀ ਦੇਵੇ ਔਰ ਦੇਵੇ ਡੇਰਾ ਖੁਸ਼ੀਆਂ। ਆਮੀਨ ਸੁਮਾਮੀਨ। ਇਸੇ ਪਿਆਰੀ ਸੀ ਦੁਆ ਦੇ ਨਾਲ ਅੱਜ ਦੇ ਵਲੋਗ ਦਾ ਕਰਦੇ ਆਗਾਜ਼। ਵਲੋਗ ਦੇ ਆਗਾਜ਼ ਤੋਂ ਪਹਿਲਾਂ ਜਿਹਨਾਂ ਭੈਣਾਂ ਭਰਾਵਾਂ ਨੇ ਹਜੇ ਤਾਈਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਾਇਲੀ ਸਬਸਕ੍ਰਾਈਬ ਕਰ ਲਓ, ਨਾਲ ਨਾਲ ਬੈਲ ਦਾ ਬਟਨ ਵੀ ਪ੍ਰੈਸ ਕਰੋ ਤਾਂ ਕਿ ਮੇਰੀ ਹਰ ਨਵੀਂ ਤੋਂ ਨਵੀਂ ਵੀਡੀਓ ਤੁਹਾਡੇ ਤੱਕ ਬਾਰ ਵਕਤ ਪਹੁੰਚ ਸਕੇ। ਅੱਛਾ ਜੀ, ਅੱਜ ਦਾ ਵਲੋਗ ਕੁਛ ਇਸ ਤਰ੍ਹਾਂ ਦਾ ਹੋਣ ਵਾਲਾ ਕਿ ਅੱਛਾ ਜੀ, ਸਾਡੇ ਤਨਵੀਰ ਭਾਈ ਨੇ ਕਿਹਾ ਸੀ ਜੀ ਮੇਰੀ ਵਾਈਫ ਦੀ ਦੁਆ ਕਰਨਾ, ਅੱਲਾਹ ਤਾਲਾ ਦੀ ਜ਼ਾਤ ਹੈ ਸਾਡੇ ਭਾਈ ਦੀ ਵਾਈਫ ਨੂੰ ਸਿਹਤ ਤੰਦਰੁਸਤੀ ਦੇਵੇ, ਅੱਲਾਹ ਪਾਕ ਦੀ ਜ਼ਾਤ ਦਾ ਜਿਹੜਾ ਵੀ ਦੁੱਖਾ ਪਿਆਰੇ ਹਬੀਬ ਦੇ ਸਦਕੇ ਦੂਰ ਕਰੇ ਅਤੇ ਹਰ ਮੁਸ਼ਕਲ ਟੈਂਸ਼ਨ ਪਰੇਸ਼ਾਨੀ ਉਹਨਾਂ ਦੀ ਦੂਰ ਕਰੇ। ਆਮੀਨ ਸੁਮਾਮੀਨ। ਅਤੇ ਮੈਂ ਕੋਸ਼ਿਸ਼ ਉਮੀਦ ਕਰੂੰਗੀ ਤਮਾਮ ਭੈਣ ਭਰਾਵਾਂ ਤੋਂ, ਸਭ ਭੈਣ ਭਰਾ ਉਹਨਾਂ ਲਈ ਜ਼ਿਆਦਾ ਤੋਂ ਜ਼ਿਆਦਾ ਦੁਆ ਕਰਨਗੇ, ਲੇਕਿਨ ਮੈਂ ਸ਼ਾਇਦ ਕਾਲੀ ਜਾਂ ਪਰਸੋਂ ਦੀ ਵੀਡੀਓ 'ਚ ਵੀ ਦੁਆ ਕਰਾਈ ਸੀ ਉਹਨਾਂ ਲਈ, ਸ਼ਾਇਦ ਜਾਂ ਤਾਂ ਤਨਵੀਰ ਭਾਈ ਨੇ ਵੀਡੀਓ ਨਹੀਂ ਦੇਖੀ ਅਤੇ ਉਹਨਾਂ ਦਾ ਜਵਾਬ ਫਿਰ ਕਮੈਂਟ ਸੀ। ਅਤੇ ਕੋਈ ਗੱਲ ਨਹੀਂ, ਅੱਲਾਹ ਪਾਕ ਦੀ ਜ਼ਾਤ ਸਿਹਤ ਤੰਦਰੁਸਤੀ ਦੇਵੇ, ਅਗਰ ਸਾਡੀ ਦੁਆ ਦੇ ਨਾਲ ਇੱਕ ਇਨਸਾਨ ਨੂੰ ਸ਼ਿਫਾ ਮਿਲ ਸਕਦੀ ਆ ਅਤੇ ਅਸੀਂ ਤਾਂ ਤੈਅ ਦਿਲ ਨਾਲ ਤਿਆਰ ਹਾਂ ਆਪਣੇ ਭੈਣ ਭਰਾਵਾਂ ਲਈ, ਹਮੇਸ਼ਾ ਦੁਆ ਕਰਦੇ ਹਾਂ, ਇਨਸ਼ਾਅੱਲਾ ਕਰਦੇ ਰਹਾਂਗੇ। ਬਾਕੀ ਹੁਣ ਅੱਜ ਦੇ ਵਲੋਗ ਆ ਬਣਾਉਣਾ ਕਿਚਨ ਗਾਰੇ ਨਾਲ, ਇੱਧਰਲੀ ਸਾਈਡ 'ਤੇ ਹੀ ਬਰਾਮਦੇ ਦੂਸਰੀ ਸਾਈਡ 'ਤੇ, ਅਤੇ ਹੁਣ ਅੱਲਾ ਖੈਰ ਕਰੇ ਲੈ ਕੇ ਆਉਂਦੇ ਹਾਂ ਮਿੱਟੀ, ਬਣਾਉਂਦੇ ਹਾਂ ਗਾਰਾ ਅਤੇ ਕਰਦੇ। ਅਤੇ ਸਭ ਤੋਂ ਪਹਿਲਾਂ ਤਾਂ ਵੱਟਣੀ ਨਾ ਨੀ ਆ। ਅੱਛਾ ਜੀ, ਇਸ ਜਗ੍ਹਾ 'ਤੇ ਇੱਟਾਂ ਅਸੀਂ ਨਹੀਂ ਹਟਾਈਆਂ ਅਤੇ ਇਸ ਜਗ੍ਹਾ 'ਤੇ ਅਸੀਂ ਨਾ ਅਸੀਂ ਆ ਗਏ ਹਾਂ ਫਾਈਨਲੀ ਗਈ ਲੈ ਕੇ, ਇੱਟਾਂ ਵਿੱਚ ਹੀ ਰੱਖਣੀ ਕਿਉਂਕਿ ਲੱਗਣੀਆਂ ਤਾਂ ਹੈ ਹੀ ਇੱਟਾਂ, ਇਹਦੇ ਵਿੱਚ ਪਾਉਣੀ ਪਾਣੀ ਪਾਉਂਦੇ ਬਣਾ ਕੇ। ਸਾਡੇ ਕੋਲ ਧਾਗਾ ਵੀ ਹੈ ਨੀ ਬੰਨਣ ਵਾਲਾ, ਰੱਸੀ ਬਣ ਜਾਊਗਾ ਸ਼ੁਰੂ ਕਰਤਾ। ਇਹਦੇ ਵਿੱਚ ਹੁਣ ਪਾਣੀ ਪਾ ਕੇ ਫਿਰ ਇੱਟਾਂ ਦਾ ਇੱਕ ਵਾਰ ਦਿੰਦੇ ਥੱਲੇ, ਅਤੇ ਆ ਜਿਹੜੀਆਂ ਇੱਟਾਂ ਸਾਰੀਆਂ ਅੰਦਰ ਸਿੱਟ ਲੈਂਦੇ ਕਿਉਂਕਿ ਬਾਅਦ ਟੈਨਸ਼ਨ ਨਹੀਂ ਹੁੰਦੀ। ਫਿਰ ਕੱਲ੍ਹ ਨੂੰ ਅੱਲਾ ਖੈਰ ਕਰੇ ਹੁਣ ਮਿੱਟੀ ਵੀ ਬਣਾਉਣੀ ਹੈ, ਜਿਹੜੀ ਮਿੱਟੀ ਦੇ ਵਿੱਚ ਪਾਣੀ ਪਾ ਕੇ ਨਾ ਪਾਣੀ ਪਾ ਕੇ ਰੱਖਾਂਗੇ ਅਤੇ ਫਿਰ ਨਹੀਂ ਨਹੀਂ ਧਾਗਾ ਬਣਾ ਲਾਂਗੇ। ਅੱਛਾ, ਆ ਜਿਹੜੀ ਨਹੀਂ ਉਹ ਉੱਥੇ ਅਟੈਚ ਕਰਕੇ ਨਾ ਇਹ ਪੱਟ ਦਿੱਤੀ ਅਤੇ ਇੱਥੇ ਅਸੀਂ ਕਿਚਨ ਆਪਣਾ ਫਿੱਟ ਕਰ ਲਾਂਗੇ। ਆਹ ਦੀਵਾਰ ਨਹੀਂ ਸਾਫ਼ ਕਰਦੇ, ਇੱਥੋਂ ਜਿਹੜੀ ਰੇਤ ਨਾ ਉਹ ਉਠਾ ਕੇ ਨਾ ਅਤੇ ਫਿਰ ਅੱਲਾ ਖੈਰ ਕਰੇ ਇੱਥੇ ਰੱਖਾਂਗੇ ਬਾਹਰ, ਨਾਲੇ ਚੌਂਕਦੇ ਹਾਂ ਪਾਣੀ। ਨਹੀਂ ਸਹੀ ਫੱਬੇਗਾ ਇੱਥੇ ਕਿਚਨ ਫੱਬੇਗਾ ਇੱਥੇ
ਹਾਂ ਜਿਹਦੇ ਵਿੱਚ ਪਾਣੀ ਪਾਉਣਾ, ਮਿੱਟੀ ਪੱਟ ਕੇ ਨਾ, ਉਹ ਮਿੱਟੀ ਉਹ ਘਰ ਵਾਲੀ ਜਿਹੜੀ ਕੰਧ ਹੈ ਨਾ ਉਹ ਸਿੱਟ ਲੈਂਦੇ ਥੱਲੇ ਵਾਲੀ, ਉਹ ਜਿਹੜੀ ਕੱਚੀ ਹੈ ਪਰਲੇ ਪਾਸੇ, ਅਤੇ ਉਹ ਸਿੱਟ ਕੇ ਉਹਦੇ ਵਿੱਚ ਪਾਣੀ ਪਾ ਦਿੰਦੇ, ਥੋੜ੍ਹੀ ਸਿੱਟ ਲੈਂਦੇ ਜਿੰਨੀ ਕੁ ਸਾਨੂੰ ਚਾਹੀਦੀ ਹੈ ਨਾ। ਆਹ ਜਿਹੜੀ ਆਹ ਤਾਰ ਥੋੜ੍ਹੀ ਲਾ ਕੇ ਪਾਸੇ ਕਰ ਪਲੇਟ ਅੱਗੇ, ਹਾਂ ਇੱਧਰ ਕਰ ਦੇ, ਦੇਖੀ ਪੈਰ ਤੇ ਨਾ ਸਿੱਧੇ ਵੱਜਣ। ਬਹੁਤ ਸੌਖਾ ਤਾਂ, ਮੈਂ ਕਿਹਾ ਕਿੰਨੀ ਮੁਸ਼ਕਿਲ ਲਿਆਉਂਦੀ ਸੀਗੀ ਸਾਡੇ ਨਾ ਇੱਥੇ ਹਮਸਾਇਆ ਨੇ ਕੋਠੇ ਢਾਏ ਸੀ, ਤਾਂ ਅਸੀਂ ਉੱਥੋਂ ਥੋੜ੍ਹੀ ਥੋੜ੍ਹੀ ਲਿਆ ਕੇ ਉਦੋਂ ਬਣਾਈ ਸੀ, ਅਤੇ ਅੱਜ ਅੱਜ ਫੁੱਟਣੀ ਔਖੀ ਹੋਈ ਵੀ ਐਵੇਂ। ਬਣਾਈ ਸੀ ਬਿਲਕੁਲ ਮਿੱਟੀ ਲਿਆ ਕੇ, ਹਾਂ ਬਸ ਵਕਤ ਹਾਲਾਤ ਅੱਲਾ ਬਦਲਣ ਵਾਲਾ, ਅੱਲਾ ਪਾਕ ਦੀ ਜਾਤ ਸਭ ਦੇ ਬਦਲੇ, ਕੋਈ ਨਹੀਂ ਸ਼ੁਕਰ ਅਲਹਮਦੁਲਿਲਾ, ਅੱਲਾ ਦਾ ਲੱਖ ਸ਼ੁਕਰ ਆ। ਜਿੰਨਾ ਕੁ ਚਾਹੀਦਾ ਓਨਾ ਕਰ ਲਓ ਨਾ, ਗਰਮੀ ਬਹੁਤ ਆ ਫਿਰ, ਬਾਕੀ ਫਿਰ ਬੰਦਾ ਸਵੇਰੇ ਸਵੇਰੇ ਸਾਜਰੇ ਪਾਨ ਕੇ ਪਾਣੀ ਪਾ ਲੈਂਦਾ, ਫਿਰ ਮੁੜ ਕੇ ਚਲਾ ਲੈਂਦਾ ਕੰਮ, ਐਵੇਂ ਪਤਲਾ ਪਤਲਾ ਚਾਹੀਦਾ ਬਸ, ਮਾੜਾ ਮਾੜਾ ਜਿਹੜਾ ਇੱਟ ਨੂੰ ਕਾਬੂ ਕਰੀ ਜਾਵੇ, ਇਹ ਕਿਹੜਾ ਸੀਮਟ ਜਿੰਨਾ ਪੈਣਾ। ਬਣਾ ਲਈ ਅਤੇ ਇਹਦੇ ਵਿੱਚ ਹੁਣ ਪਾਉਂਦੇ ਹਾਂ ਸ਼ਾਮ ਪਾਣੀ ਪਾ ਲੈਣਾ, ਹੁਣ ਪਹਿਲਾਂ ਬਾਹਰ ਰੱਖੀਏ ਇੱਕ, ਅਤੇ ਫਿਰ ਇਹਦੇ ਵਿੱਚ ਪਾਵਾਂਗੇ ਪਾਣੀ, ਅਤੇ ਸਵੇਰੇ ਅੱਲਾ ਖੈਰ ਕਰੇ ਸ਼ੁਰੂ। ਹਾਂਜੀ ਅੱਛਾ ਜੀ, ਸਮਾਨ ਗਰਮੀ ਲੱਗ ਗਈ ਬਹੁਤ। ਅੱਛਾ ਜੀ ਹੁਣ ਇਹਦੇ ਵਿੱਚ ਪਾਣੀ ਪਾਉਣ ਲੱਗੇ, ਅਤੇ ਫਿਰ ਥੱਲੇ ਇੱਕ ਵਾਰ ਦੇਵਾਂਗੇ, ਇੱਕ ਪਾਸੇ ਪਾ ਨਾ ਸਿੱਧਾ, ਇੱਦਾਂ ਇੰਨਾ ਪਾਣੀ ਨਾ ਪੈਣਾ ਯਾਨੀ ਕਿ ਤੈਅ ਵੱਜ ਜਾਵੇ ਇੱਕ ਥੱਲੇ। ਅੱਛਾ ਜੀ ਮਾਸ਼ਾਅੱਲਾ ਜੀ, ਹੈਂ ਨਹੀਂ ਨਹੀਂ ਇੱਥੇ ਇਹ ਕਿਹੜਾ ਉੱਚੀ ਦੀਵਾਰ ਕਰਨੀ, ਬਸ ਐਵੇਂ ਦੋ ਤਿੰਨ ਤਿੰਨ ਫੁੱਟ ਹੋ ਜਾਵੇ, ਦੋ ਦੋ ਤਿੰਨ ਤਿੰਨ ਫੁੱਟ। ਹਾਂ ਸ਼ਰਮਾ ਨਹੀਂ ਫਰਾਰੇ ਫਰਾਰੇ ਇੱਦਾਂ ਫਰ।
ਹਾਨੀ ਵੀ ਲੀਸ਼ਾ ਦੇ ਪਾਪਾ ਜਿਹੜੇ ਇੱਟਾਂ ਲਾਉਣ ਡੇ ਆ ਇਹਦੀਆਂ, ਇਹ ਦੇਖ ਲਓ ਜੀ, ਹੈ ਛੋਟਾ ਜਿਹਾ ਕਿਚਨ, ਉਹਨਾਂ ਕਿਚਨ ਤਕਰੀਬਨ ਬਣਨਾ ਜਿੰਨਾ ਕੁ ਸਾਡਾ ਘਰ, ਅਤੇ ਇਹ ਨਾਲ ਕਿ ਸੀਮਿੰਟ ਪੈਣਾ, ਇਹਦਾ ਥੱਲੇ ਉਹ ਬੰਦ ਹੋਣਾ ਅਤੇ ਫਿਰ ਇਹਦਾ ਕੰਮ ਹੋਣਾ ਬਕਾਇਆ। ਅਤੇ ਦੇਖ ਲਓ ਜੀ, ਹਾਂਜੀ ਹੁਣ ਇਹਦੀ ਆਰਾ ਜੀ ਉਸਤਾਦ ਸ਼ਗੀਰ ਦੋਨੇ ਲੱਗੇ ਪਏ। ਹਾਂਜੀ ਹੁਣ ਚੱਲੀਏ ਕਹਾਣੀ ਬਣਾਉਣ। ਤੁਸੀਂ ਦੋਨਾਂ ਪਾਸੇ ਦੇਈ ਆਇਓ, ਤੁਸੀਂ ਦੋਨਾਂ ਪਾਸੇ ਦੇਈ ਆਇਓ। ਮਿਸਤਰੀ ਸਾਹਿਬ ਤਜਰਬਾ ਕਰ ਰਹੇ ਨੇ, ਮਿਸਤਰੀ ਸਾਹਿਬ ਮੈਂ ਕਹਿੰਦੀ ਸੀਮਿੰਟ ਬਣਾ ਲਈਏ ਤੇ ਫਿਰ ਤਜਰਬਾ ਕਰਿਓ। ਉਂਝ ਪਾਣੀ ਤੇ ਪਾਈਏ ਨਾ, ਬਿਲਕੁਲ ਇਸ ਤਰ੍ਹਾਂ ਹੀ ਆਣੀ, ਬਿਲਕੁਲ ਇਸ ਤਰ੍ਹਾਂ ਹੀ ਆਣੀ। ਅੱਗੇ ਤਾਂ ਮਾਸ਼ਾਅੱਲਾ ਮੈਂ ਕਹਿੰਦੀ ਬਿਲਡਿੰਗਾਂ ਬਣਾਉਂਦੇ ਰਹੇ, ਐਸ ਕਿਸੇ ਤੋਂ ਬਾਅਦ ਬਿਲਡਿੰਗ ਸ਼ੁਰੂ ਕਰ। ਉਹ ਪੁੱਛ ਲਾ ਬਾਈ ਫਿਆਸ ਦੀ, ਸ਼ਾਇਦ ਕੋਠੀ 'ਤੇ ਕੋਈ ਕੰਮ ਰਹਿੰਦਾ ਹੋਵੇ, ਉਹਨੇ ਕਿਹਾ ਮੈਂ ਵੀ ਕਰ ਲੈਂਦਾ। ਕੀ ਆ ਕੇ ਨਾ ਮੈਂ ਪੰਪ ਚਲਾਉਣਾ ਅਤੇ ਉੱਧਰ ਮਿੱਟੀ 'ਚ ਪਾਣੀ ਪਾਉਣਾ, ਗਾਰਾ ਬਣਾਉਣਾ, ਅਤੇ ਇਹ ਜਿਹੜਾ ਨਾ ਦੱਸੀ ਸਹੀ ਜਦੋਂ ਲਾਉਣਾ ਹੋਇਆ ਪੈਪ। ਇਹਨੂੰ ਨਾ ਇੱਕ ਵਾਰੀ ਭਰ ਦਿਓ ਅਤੇ ਫਿਰ ਬਾਕੀ ਜਿਹੜਾ ਕੰਮ ਨਾ ਉਹ ਸਵੇਰੇ ਇਨਸ਼ਾਅੱਲਾ ਬਾਹਰ ਦੇਵਾਂਗੇ। ਅੱਛਾ ਜੀ ਹੁਣ ਇਹਦਾ ਖਿਆਲ ਕਰਨਾ, ਪਾਣੀ ਆਸੇ ਪਾਸੇ ਜਾਵੇ ਨਾ, ਅਤੇ ਇਹਨੂੰ ਮਿੱਟੀ ਬੜੀ ਹੋ ਜਾਣੀ ਤਕਰੀਬਨ। ਗਰਮੀ ਬਹੁਤ ਆ, ਹਵਾ ਬਿਲਕੁਲ ਰੁਕੀ ਆ, ਕੋਈ ਹਵਾ ਨਹੀਂ ਕਿਸੇ ਪਾਸੇ। ਅੱਛਾ ਜੀ ਆ ਡੋਗੀ ਸਾਰਾ ਇੱਥੇ ਹੀ ਹੈ, ਦੋ ਤਿੰਨ ਦਿਨ ਹੋ ਗਿਆ ਜੀ। ਇਹਨਾਂ ਨੂੰ ਛੱਡ ਕੇ ਆਵਾਂਗੇ।
ਸਾਡਾ ਬੈਟਰੀ ਵਾਲਾ ਚਾਰਜ।